ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਉਹਨਾਂ ਸੀਵਰੇਜ ਪਲਾਂਟ ਦੀ ਸ਼ਿਕਾਇਤ ਦਾ ਨਿਰੀਖਣ ਕੀਤਾ। ਸੀਵਰੇਜ ਪਲਾਂਟ ਵਿੱਚ ਹੋਈਆਂ ਵੱਡੀਆਂ ਖਾਮੀਆਂ ਨੂੰ ਲੈ ਕੇ ਸੀਵਰੇਜ ਬੋਰਡ ਦੇ SDA ਨੂੰ ਮੌਕੇ ਤੇ ਹੀ ਸਸਪੈਂਡ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਬਰਾਬਰਤਾ ਅਤੇ ਪਾਰਦਰਸ਼ਤਾ ਦੇ ਕੰਮ ਕਰ ਰਹੀ ਹੈ ਤੇ ਕੋਈ ਵੀ ਘੁਟਾਲਾ ਕਰਨ ਵਾਲਾ ਬਖਸ਼ਿਆ ਨਹੀਂ ਜਾਏਗਾ। ਉਹਤੇ ਹੀ ਬਿਜਲੀ ਦਾ ਮੁੱਦਾ ਹੋਵੇ ਜਾਂ ਫਿਰ ਹੱਜੀ ਸੱਜਣ ਜਾਂ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਅਤੇ SYL ਦਾ ਮੁੱਦਾ, ਇਹਨਾਂ ਸਾਰੇ ਮੁੱਦਿਆਂ ਤੇ ਉਹ ਟਾਲਾ ਵੜਦੇ ਨਜ਼ਰ ਆਏ। ਨਹੀਂ, ਮੈਂ ਕੋਈ ਬੇਨਤੀ ਨਹੀਂ ਸੁਣਨੀ, ਬੇਨਤੀ ਮੈਂ ਲੋਕਾਂ ਦੀ ਸੁਣਨੀ, ਤੁਹਾਡੀ ਸੁਣਨੀ। ਸਿੱਧੂ ਸਾਹਿਬ, ਪਾਰਦਰਸ਼ਿਤਾ ਦੇ ਨਾਲ ਅਸੀਂ ਅਫਸਰਾਂ ਨੂੰ ਔਰ ਪੋਲੀਟੀਸ਼ੀਅਨਾਂ ਨੂੰ ਜਵਾਬਦੇਹੀ ਬਣਾਉਣਾ। ਹੋਇਆ ਇਹ ਹੈ ਕਿ ਪ੍ਰੋਜੈਕਟ ਆਏ ਨੇ, ਪੈਸੇ ਲੱਗੇ ਨੇ, ਲੇਕਿਨ ਕਿੱਥੇ ਲੱਗੇ ਨੇ ਕਿਸੇ ਨੂੰ ਨਹੀਂ। ਇਹਦਾ ਮਤਲਬ ਇਹ ਕਿ ਵਿੱਚੋਂ ਪੈਸੇ ਗਾਇਬ ਹੁੰਦੇ ਰਹੇ ਔਰ ਕਰਪਸ਼ਨ ਬੇਇੰਤਹਾਈ ਹੋਈ ਹੈ।